ਸਾਰੀਆਂ ਸੰਗਤਾਂ ਨੂੰ, ਸਿੰਘ ਸਾਹਿਬਾਨ ਨੂੰ, ਮਹਾਂਪੁਰਸ਼ਾਂ ਨੂੰ, ਸਭਾ ਸੁਸਾਇਟੀਆਂ ਨੂੰ, ਦਮਦਮੀ ਟਕਸਾਲ ਜੀ ਦੇ ਮਹਾਂਪੁਰਸ਼ਾਂ ਨੂੰ ਇੱਕ ਵਾਰੀ ਪਿਆਰ ਨਾਲ ਸਾਰੇ ਫਤਿਹ ਗਜਾਇਓ। ਵਾਹਿਗੁਰੂ ਜੀ ਕਾ ਖਾਲਸਾ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਵੇਂ ਅਮਰਜੀਤ ਸਿੰਘ ਚਾਵਲਾ ਜੀ ਨੇ ਕਿਹਾ ਨਾ, ਵੀ ਇਹ ਹਰ ਇੱਕ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ। ਜਿਹੜਾ ਕਾਰਜ ਦਮਦਮੀ ਟਕਸਾਲ ਵੱਲੋਂ ਇੱਥੇ ਹੋਇਆ ਹੈ, ਇਹ ਸਾਰੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਵਰਤ ਰਹੀ ਹੈ, ਬਖਸ਼ਿਸ਼ ਵਰਤ ਰਹੀ ਹੈ। ਇਹ ਟਕਸਾਲ ਬਾਬਾ ਹਰਨਾਮ ਸਿੰਘ ਜੀ ਆਪਣੇ ਸਹਿਯੋਗੀਆਂ ਸਮੇਤ ਉਹ ਸੇਵਾ ਨਿਭਾ ਰਹੇ ਹੈ। ਸਿਰਫ ਇੱਕ ਡੇਢ ਮਿੰਟ ਲਾ ਕੇ ਮੈਂ ਸਮਾਪਤੀ ਕਰ ਦੇਣੀ, ਤੁਸੀਂ ਬੋਲਿਓ ਜ਼ਰੂਰ। ਇਹ ਉਹ ਸੇਵਾ ਨਿਭ ਰਹੀ ਹੈ ਜੀ। ਖੋਲ ਡਿੱਠਾ ਖਜ਼ਾਨਾ, ਖੋਲ ਡਿੱਠਾ ਖਜ਼ਾਨਾ, ਖੋਲ ਡਿੱਠਾ ਖਜ਼ਾਨਾ, ਖੋਲ ਡਿੱਠਾ ਖਜ਼ਾਨਾ, ਬੋਲੋ ਖੋਲ ਆਹਾ। ਖੋਲ ਡਿੱਠਾ ਖਜ਼ਾਨਾ, ਖੋਲ ਡਿੱਠਾ ਖਜ਼ਾਨਾ, ਬੋਲੋ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਤਾਂ ਮੇਰੇ ਮਨ ਭਇਆ ਨਿਧਾਨਾ, ਇਹਦਾ ਮੁੱਢ ਕਿੱਥੇ ਵੱਜਿਆ? ਆ ਜੋ ਸੰਥਿਆ ਕਰਾਈ ਜਾ ਰਹੀ, ਜੋ ਪਾਠ ਬੋਧ ਸਮਾਗਮ ਗੁਰੂ ਅਰਜਨ ਦੇਵ ਮਹਾਰਾਜ ਨੇ ਇਹਨਾਂ ਸੈਂਚੀਆਂ ਨੂੰ ਲਿਆਉਣ ਲਈ ਨੰਗੇ ਪੈਰੀ ਗਏ, ਗੱਜ ਕੇ ਆਖੋ ਸਤਨਾਮ, ਫਿਰ ਪਾਲਕੀ 'ਚ ਬਿਰਾਜਮਾਨ ਕਰਕੇ ਆਪ ਚੌਰ ਸਾਹਿਬ ਕਰਦੇ। ਇਹ ਦਰਬਾਰ ਸਾਹਿਬ ਜਿਹੜੀ ਫਿਰ ਪਾਲਕੀ ਬਣੀ ਹੈ ਦੁੱਖ ਭੰਜਨੀ ਬੇਰੀ, ਉੱਥੇ ਬਿਰਾਜਮਾਨ ਕੀਤੀ ਅਤੇ ਆਖਿਆ ਸਾਨੂੰ ਦਰਸ਼ਨ ਕਰਾਓ ਸੈਂਚੀਆਂ ਦੇ। ਉੱਥੇ ਸ਼ਬਦ ਉਚਾਰਿਆ, ਹਮ ਧਨਵੰਦ ਭਾਗੜ ਸਚਨਾਏ, ਹਰ ਗੁਣ ਗਾਵੇ ਸਹਿਜ ਸਬਾਏ, ਰਹਾਉ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਖੁੱਟ ਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵਧਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ। ਦੇਖੋ ਤੁਹਾਨੂੰ ਸਾਰੇ ਸ਼ਬਦ ਦੇ ਅਰਥਾਂ ਵਿੱਚੋਂ ਇਹ ਦਮਦਮੀ ਟਕਸਾਲ ਦੀ ਸੇਵਾ ਦੇ ਦਰਸ਼ਨ ਹੋ ਰਹੇ ਆ। ਵੀ ਇਹ ਰਤਨ ਲਾਲ ਨੇ ਭੰਡਾਰ ਭਰੇ ਪਏ ਨੇ ਗੁਰਬਾਣੀ ਵਿੱਚ। ਫਿਰ ਵੇਖੋ ਖਾਵੇ ਖਰਚੇ ਰਲ ਮਿਲ ਭਾਈ, ਸਾਢੇ 300 ਸਿੱਖਿਆਰਥੀਆਂ ਨੇ ਲਾਭ ਲਿਆ ਇਸ ਪਾਠ ਬੋਧ ਸਮਾਗਮ ਦਾ। ਉਹਦੇ ਵਿੱਚ ਬੀਬੀਆਂ ਵੀ, ਬੱਚੇ ਵੀ, ਕਿਉਂਕਿ ਬਹੁਤ ਸਾਰੇ ਕੁਝ ਬੱਚੇ ਭਲਾਈ ਕੇਂਦਰ ਦੇ ਰੋਜ਼ ਫਿਰ ਦੱਸਦੇ ਸੀ ਆ ਕੇ, ਬੀਬੀਆਂ ਵੀ, ਸਾਰਿਆਂ ਨੇ ਰਲ ਮਿਲ ਕੇ ਇਹ ਜਿਤਨੇ ਮਾਈ ਭਾਈ ਭੈਣਾਂ ਵੀਰ, ਅਰਦਾਸ ਕਰੋ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਬਾ ਹਰਨਾਮ ਸਿੰਘ ਜੀ ਪਾਸੋਂ, ਇਸੇ ਤਰ੍ਹਾਂ ਜੋ ਇਹਨਾਂ ਦੀਆਂ ਭਾਵਨਾ ਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਇਹ ਬਹੁਤ ਵੱਡੀ ਕਿਰਪਾ ਹੈ, ਬਹੁਤ ਵੱਡੀ ਮਿਹਰ ਹੈ, ਬਖਸ਼ਿਸ਼ ਹੈ। ਔਰ ਅੱਜ ਇੱਥੇ ਉਹ ਕਾਰਜ ਹੋਏ ਨੇ, ਜਿਵੇਂ ਬਾਬਾ ਭੂਰੀ ਵਾਲਿਆਂ ਨੇ ਪਿਛਲੀ ਵਾਰੀ ਪੰਕਤੀ ਬੋਲੀ ਸੀ, ਜੈਸੇ ਸਾਤ ਮੰਦਰ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ, ਗੱਜ ਕੇ ਆਖੋ ਸਾਧਨਾ। ਐਡੀ ਵੱਡੀ ਸੇਵਾ ਦਮਦਮੀ ਟਕਸਾਲ ਕੋ ਲਈ ਆ ਕਿ ਇੱਕ ਨੂੰ ਤੂੰ ਸ਼ਬਦ ਸਿਖਾ ਦੇ, ਸੱਤ ਮੰਦਰ ਸੋਨੇ ਦੇ ਜਿਹੜੇ
ਉਹ ਦਾਨ ਕਰਨੇ ਇੱਕ ਬਰਾਬਰ ਨੇ ਅਤੇ ਇਹ ਟਕਸਾਲ ਕਦੋਂ ਦੀ ਸੇਵਾ ਨਿਭਾ ਰਹੀ ਇਹ ਬਾਬਾ ਦੀਪ ਸਿੰਘ ਕਿਰਪਾ ਕਰਨ ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਨਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਿ ਸਾਡੇ ਸਿੱਖ ਕੌਮ ਦੇ ਵੱਡੇ ਭਾਗ ਨੇ ਦੋਨੋਂ ਵੱਡੇ ਜਹਾਜ਼ ਬਣਾਏ ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੋਨੋਂ ਵੱਡੇ ਜਹਾਜ਼ ਬਣਾਏ ਭਰ ਭਰ ਪੂਰ ਸੋ ਪਾਰ ਲੰਘਾਏ ਉਹ ਦੋ ਜਹਾਜ਼ ਸਿੱਖ ਕੌਮ ਕੋਲ ਕਿਹੜੇ ਵੱਡੇ ਇੱਕ ਡਿੱਠੇ ਸਭੇ ਥਾਮ ਨਹੀਂ ਤੁਧ ਹਰਿਮੰਦਰ ਸਾਹਿਬ ਦੂਜਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਦੋ ਵੱਡੇ ਜਹਾਜ਼ ਬਣਾਏ ਗੁਰੂ ਅਰਜਨ ਦੇਵ ਮਹਾਰਾਜ ਨੇ ਤੋ ਇਹ ਭਰ ਭਰ ਕੇ ਪੂਰ ਪਾਰ ਲੰਘਾ ਰਹੇ ਨੇ ਅਤੇ ਬਾਬਾ ਦੀਪ ਸਿੰਘ ਜੀ ਦੀਆਂ ਕਿਰਪਾ ਨੇ ਮੇਰਾ ਆਪਣਾ ਵਿਸ਼ਵਾਸ ਹੈ ਬਈ ਬਾਬਾ ਹਰਨਾਮ ਸਿੰਘ ਜੀ ਕੋਲ ਇਸ ਵੇਲੇ ਸੇਵਾ ਲੈ ਰਹੇ ਹੈ ਇਹ ਬਾਬਾ ਦੀਪ ਸਿੰਘ ਜੀ ਟਕਸਾਲ ਵਿੱਚ ਲਿਆਉਂਦੇ ਹੀ ਉਹਨੂੰ ਨੇ ਜਿਹਨਾਂ ਕੋਲੋਂ ਨਾ ਸੇਵਾ ਲੈਣੀ ਹੋਵੇ ਆਖੋ ਸਤਨਾਮ ਇਹ ਉਹਨਾਂ ਦੀਆਂ ਸਾਰੀਆਂ ਕਿਰਪਾ ਵਰਤ ਰਹੀ ਹੈ ਇਹ ਕਦੀ ਬਾਬਾ ਕਸ਼ਮੀਰ ਸਿੰਘ ਜੀ ਨੂੰ ਪੁੱਛੋ ਭੂਰੀ ਵਾਲਿਆਂ ਨੂੰ ਵੀ ਇੱਥੇ ਜਿਹੜੀਆਂ ਸੇਵਾ ਚੱਲ ਰਹੀਆਂ ਕਿਵੇਂ ਬਾਬਾ ਜੀ ਦੀਆਂ ਸੰਗਤਾਂ ਉਹਨਾਂ ਦੀ ਸ਼ਰਧਾ ਬਾਬਾ ਦੀਪ ਸਿੰਘ ਦੀਆਂ ਕਮਾਈਆਂ ਵਰਤ ਰਹੀਆਂ ਮੈਂ ਦੱਸ ਨਹੀਂ ਸਕਦਾ ਉਸੇ ਤਰ੍ਹਾਂ ਉਹਨਾਂ ਦੀਆਂ ਕਮਾਈਆਂ ਅਤੇ ਬਾਬਾ ਜੀ ਕੋਈ ਸਿਉਂਕ ਸਿਆਂਗ ਤੁਹਾਡੇ ਲਾਗੇ ਨਹੀਂ ਆਣੀ ਕੋਈ ਮਾਲਕ ਬੜਾ ਤਗੜਾ ਸਾਡਾ ਆਖੋ ਸਾਧਨਾ ਮਾਲਕ ਬਹੁਤ ਤਗੜਾ ਕਹਿਣ ਤੋਂ ਪਰੇ ਪੁੱਛੋ ਹੀ ਕੁਝ ਨਾ ਬਾਬਾ ਦੀਪ ਸਿੰਘ ਜੀ ਇੰਨੇ ਤਕੜੇ ਮਾਲਕ ਨੇ ਇਸ ਟਕਸਾਲ ਦੇ ਮੈਂ ਕੀ ਦੱਸਾਂ ਬਈ ਦੋ ਚਾਰ ਦਿਨ ਪਹਿਲੇ ਵੀ ਬਾਬਾ ਦੀਪ ਸਿੰਘ ਦੇ ਪਿਆਰਿਆਂ ਦੇ ਜਿਹੜੇ ਭੇਦ ਨੇ ਉਹਨਾਂ ਦੀਆਂ ਸੇਵਾ ਨਿਭਾ ਰਹੇ ਕੋਈ ਫੁਰਨਾ ਵੀ ਬਣ ਜੇ ਅਤੇ ਬਾਬਾ ਜੀ ਬੋਲਣ ਤੱਕ ਨਹੀਂ ਦਿੰਦੇ ਉਹਨੂੰ ਪੂਰਾ ਕਰਨ ਦੀ ਵਿੱਧ ਬਣਾਉਣੀ ਸ਼ੁਰੂ ਕਰ ਦਿੰਦੇ ਆਖੋ ਸਾਧਨਾ ਐਡੇ ਵੱਡੇ ਨੇ ਉਹ ਅਤੇ ਦਾਸ ਵਧਾਈ ਵੀ ਦਿੰਦਾ ਇਸ ਸਮੇਂ ਇਸ ਚੀਜ਼ ਦੀ ਅਤਿਅੰਤ ਲੋੜ ਵੀ ਹੈ ਇਸੇ ਤਰ੍ਹਾਂ ਮਹਾਰਾਜ ਸੇਵਾਵਾਂ ਲੈਣ ਸਾਰੇ ਸਿੰਘ ਸਾਹਿਬਾਂ ਨੂੰ ਮਹਾਂਪੁਰਸ਼ਾਂ ਨੂੰ ਸਭਾ ਸੁਸਾਇਟੀਆਂ ਨੂੰ ਬੀਬੀ ਕੋਲਾਂ ਭਲਾਈ ਕੇਂਦਰ ਵੱਲੋਂ ਨਮਸਕਾਰ ਨਮਸਕਾਰ ਅਸੀਸ ਦੇ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋਨਿਆ ਭਾਈ ਸਾਹਿਬ ਭਾਈ ਗੁਰਕਪਾਲ ਸਿੰਘ ਜੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹੀ ਸੁੰਦਰ ਗੁਰਮਤ ਵਿਚਾਰਾਂ ਦੁਆਰਾ ਆਪ ਸੰਗਤਾਂ ਨੂੰ ਨਿਹਾਲ ਕੀਤਾ ਹੈ ਹੁਣ ਦਾਸ ਬੇਨਤੀ ਕਰੇਗਾ ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਮਲਕਪੁਰ ਵਾਲੇ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਸੰਗਤਾਂ ਵਿੱਚ ਹਾਜ਼ਰੀ ਭਰ ਰਹੇ ਨੇ ਮਹਾਂਪੁਰਸ਼ਾਂ ਦੇ ਨਾਲ ਬੜਾ ਪ੍ਰੇਮ ਹੈ ਪਰ ਨਾਲ ਹੀ ਬੇਨਤੀ ਹੈ ਸਾਰੇ ਹੀ ਬੁਲਾਰਿਆਂ ਦੇ ਚਰਨਾਂ ਵਿੱਚ ਕਿ ਸਮੇਂ ਦਾ ਵੀ ਧਿਆਨ ਰੱਖਿਆ ਜਾਵੇ ਦੋ ਚਾਰ ਮਿੰਟ ਵਾਸਤੇ ਸ਼੍ਰੀਮਾਨ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਮਲਕਪੁਰ ਵਾਲੇ ਚਵਰ ਛਤਰ ਤਖਤ ਦੇ ਮਾਲਕ ਸਿੰਘਾਸਨ 'ਤੇ ਬਿਰਾਜਮਾਨ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਬਾਪੂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੁਆਰਾ ਰਸਨਾ ਪਵਿੱਤਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਸ਼ਤਾਬਦੀ ਖਾਲਸਾ ਪੰਥ ਵੱਲੋਂ ਪੂਰੇ ਜਾਹੋ ਜਲਾਲ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਈ ਜਾ ਰਹੀ ਹੈ ਉਸੇ ਕੜੀ ਤਹਿਤ ਹੀ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦਮਦਮੀ ਟਕਸਾਲ ਜਿਸ ਦਾ ਨਿਰਮਾਣ ਜਿਸ ਦੀ ਆਰੰਭਤਾ ਸਾਡੇ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਬਾਪੂ ਨੇ ਆਪਣੇ ਹੱਥੀਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਨੂੰ ਥਾਪ ਕੇ ਕੀਤੀ ਜਿਨ੍ਹਾਂ ਨੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਆਪਣੇ ਹੱਥਾਂ ਨਾਲ ਲਿਖੇ ਉਦੋਂ ਤੋਂ ਲੈ ਕੇ ਹੀ ਦਮਦਮੀ ਟਕਸਾਲ ਨੇ
सिखी दे प्रचार वास्ते प्रसार वास्ते अहम भूमिका निभाए। वो गुरबाणी की संथ्या होवे, सिख इतिहास तो जाणू करवाउणा होवे, सिखी दे प्रचार प्रसार वास्ते दमदमी टकसाल एक अजिही यूनीवर्सिटी है जो वक् वक् जगह ते दुनियावी सिख्या दे विद्यालय जिथे चलाए जा रहे हैं उथे ही अकाल पुरख वाहगुरु के चरणों नाल जोड़न वास्ते धार्मिक विद्या के भी विशेष उपराले किए जाते हैं। कोई अजिहा स्कूल जां विद्या का केंद्र नहीं होगा जो जिथे जरूरत होवे जिथे लोड़ जापे कि सिखी दे प्रचार की लोड़ है गुरबाणी की संथ्या की लोड़ है जां गुरसिखी दे सिद्धांतां बारे जाणू कराउण की जरूरत है। दमदमी टकसाल एक अजिही चलती फिरती यूनीवर्सिटी है जिस दे विद्वान उस जगह पर पहुँच के ही अजिहे पाठ बोध समागम करवा देंदे हन जिथे सैकड़े हजारां प्राणी ही तन तन साहब श्री गुरु ग्रंथ साहब जी महाराज की संथ्या लैके गुरबाणी नाल जुड़ के अपना जीवन सफला करते हैं। दमदमी टकसाल वालों गुरु नानक पातशाह के 550 साल प्रकाश दिहाड़े ते पावन अस्थान बेर साहब विखे श्री सुल्तानपुर लोधी भी गुरु नानक पातशाह नूं समर्पित पाठ बोध समागम करवाए गए। समा आया शताब्दी आई गुरु तेग बहादुर साहब महाराज जी दी ते अज आप बाबा दीप सिंह जी दे पावन अस्थान ते बैठे हो जो कुछ दिन पहला जो पाठ बोध समागम आरंभ होए सी अज उन्हां दी संपूर्णता हुई है। संत बाबा हरनाम सिंह जी खालसा जो दमदमी टकसाल दे मौजूदा मुखी हन अते संत समाज दे प्रधान हन उन्हां दी योग अगवाई दे विच जो है अज दमदमी टकसाल वल्लों सिखी दे प्रचार ते प्रसार नूं बड़ी चढ़दी कला दे नाल कीता जा रहा है। बाबा जीवा सिंह जी बाबा साहब सिंह जी वर्गे विद्वान महापुरशां दे नाल सहयोग कर रहे हैं। जदों जदों भी खालसा पंथ नूं लोड़ पई दमदमी टकसाल ने जिथे गुरबाणी सिखी दे सिद्धांतां ते पहरा दिता उथे समा पैण ते शहादतां भी वड्डे रूप विच दित्तियां। असी 1984 दे विच जरूरत पई तां दमदमी टकसाल दे 14वें मुखी संत जरनैल सिंह खालसा पिंडरां वालिआं ने बाबा दीप सिंह जी दे इतिहास नूं दोहराउंदिआं शहादत दा जियाम पीता और साडियां मरियां होईआं जमीरां दे विच दुबारा रूह फूक दित्ती। समा आया संत ज्ञानी हरनाम सिंह जी खालसा मौजूदा मुखी दमदमी टकसाल उन्होंने समूह शहीदां दीआं यादगारां स्थापित कीतीआं और जो कि साडी विरोधियां दी सरकार हुंदिआं होईआं और इन्ने विरोध के बावजूद भी अजिहे कार्ज किए कि जो साडे खालसा पंथ के सामने हैं कोई लुके छिपे नहीं। सानू सारिआं नूं अज समें की लोड़ है समें की जरूरत है कि जिन्नियां संपर्दावां संत महापुरश जां संगत दे रूप विच आप सब आओ दमदमी टकसाल दे मोढे नाल मोढा जोड़ के खड़गे और जो ये जथेबंदी सिख कौम दे सिखी दे प्रचार ते प्रसार लई काम कर रही है असी संत ज्ञानी हरनाम सिंह जी खालसा दे नाल तन मन तन करके हर तरह का सहयोग करिए। दास बहुतियां लंबियां विचारां नहीं करेगा। स्टेज दे उपर संत महापुरश साडी कौम दी आण ते शान सिंह साहिबान अकाल तख्त साहिब दे जथेदार सिंह साहिब ज्ञानी हरप्रीत सिंह जी तख्त श्री केसगढ़ साहिब दे जथेदार सिंह साहिब ज्ञानी रघुबीर सिंह जी पहुँच चुके हैं और सचखंड श्री दरबार साहिब दे हैड ग्रंथी साहिबान बैठे हैं संत महापुरश बैठे हैं। दास इनियां बेनतियां करदा होया खिमा दा जाचक है वाहेगुरु जी का खालसा वाहेगुरु जी की फतेह। बोले सो निहाल महापुरशां दा बहुत